ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਅਦ 40 ਦਿਨਾਂ ਤੱਕ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦਰਸ਼ਨ ਦਿੰਦੇ ਰਹੇ ਅਤੇ ਖੁਦਾ ਦੇ ਰਾਜ ਬਾਰੇ ਦੱਸਦੇ ਰਹੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਬਾਪ ਨੇ ਜੋ ਸਮੇਂ ਅਤੇ ਮੌਕੇ ਆਪਣੇ ਹੀ ਅਧਿਕਾਰ ਵਿੱਚ ਮਿੱਥ ਰੱਖੇ ਹਨ, ਉਹਨਾਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ ਹੈ। ਪਰ ਜਦੋਂ ਰੂਹ ਪਾਕ ਤੁਹਾਡੇ ਉੱਤੇ ਉੱਤਰ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਤੁਸੀਂ ਯਰੂਸ਼ਲੇਮ, ਸਾਰੇ ਯਹੂਦੀਆ, ਸਾਮਰੀਆ ਅਤੇ ਧਰਤੀ ਦੀਆਂ ਹੱਦਾਂ ਤੀਕ ਮੇਰੇ ਗਵਾਹ ਬਣੋਗੇ। ਜਦੋਂ ਉਸਨੇ ਇਹ ਕਹਿ ਲਿਆ ਤਾਂ ਉਹਨਾਂ ਦੇ ਵੇਖਦਿਆਂ ਹੀ ਵੇਖਦਿਆਂ ਉਹ ਤਾਂ ਨੂੰ ਚੁੱਕ ਲਿਆ ਗਿਆ ਅਤੇ ਇੱਕ ਬੱਦਲ ਨੇ ਉਸ ਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਓਹਲੇ ਕਰ ਲਿਆ। ਕੋਈ ਸਵਰਗ ਤੇ ਨਹੀਂ ਚੜਿਆ ਸਿਵਾਏ ਮਨੁੱਖ ਦੇ ਪੁੱਤਰ ਦੇ, ਜਿਹੜਾ ਸਵਰਗ ਤੋਂ ਉਤਰਿਆ ਹੈ।